ਔਰ ਦੇਸੀ ਬੱਕਰੀ ਸਾਹਮਣੇ ਨਜ਼ਰ ਆ ਜਾਂਦੀ, ਕੰਨ ਛੰਨ ਹੁੰਦੇ ਨੇ, ਕੰਨ ਦੀ ਪੱਧਰੀ ਛਤਰੀ ਹੁੰਦੀ, ਕੱਦਾਵਾਰ ਹੁੰਦੀ ਹੈ, ਔਰ ਦੂਸਰਾ ਮਾਲ ਜਿਹੜਾ ਹੁੰਦਾ ਵੇ, ਦਰਗਾਹ ਜਿਹੜਾ ਹੁੰਦਾ ਵੇ, ਉਹ ਵੀ ਪਛਾਣ ਕਰਦਾ ਵੇ, ਔਰ ਜਿਹੜਾ ਪਿਓਰ ਦੇਸੀ ਬਿਲਕੁਲ ਟੈਡੀ ਹੁੰਦਾ ਵੇ, ਉਹ ਵੀ ਪਛਾਣ ਕਰਦਾ ਵੇ। ਇੱਕ ਸਾਲ ਦੇ ਵਿੱਚ ਦੋ ਦਫ਼ਾ ਸੁਣਦੀ, ਲੇਕਿਨ ਇੱਕ ਦਫ਼ਾ ਸਫਾਈ ਦੀ ਹੈ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੁੰਦੀ ਹੈ, ਇੱਕ ਤਾਂ ਦੁੱਧ ਚਲੋ ਮਿਲ ਜਾਂਦਾ ਵੇ, ਇੱਕ ਜਾਨਵਰ ਨੂੰ ਰੈਸਟ ਮਿਲ ਜਾਂਦੀ ਹੈ। ਜੇ ਜਾਨਵਰ ਨੂੰ ਡਬਲ ਸੂਆ ਪਾਓ ਤਾਂ ਤਕੜਾ ਨਹੀਂ ਹੋਏ, ਤੈਨੂੰ ਹੋਸ਼ ਨਹੀਂ ਆਏ ਦੀ ਫਿਰ। ਜੀ ਜੀ, ਇਹ ਮਸਾਂ ਆਪਣੇ ਬੱਚੇ ਵੀ ਨਹੀਂ ਰਜਾਇਆ ਕਰੇ ਦੁੱਧ ਵਾਸਤੇ। ਫਿਰ ਇਹ ਜਨਾਬ ਬਰਾਬਰ ਹੀ, ਕਿਤੇ ਨਫ਼ਾ ਵੀ ਹੋ ਜਾਂਦਾ, ਕਿਤੇ ਨੁਕਸਾਨ ਵੀ ਹੋ ਜਾਂਦਾ। ਹੁਣ ਜਿੰਨਾ ਨੁਕਸਾਨ ਪਿੱਛੇ ਹੋ ਗਿਆ 10-12 ਲੱਖ ਰੁਪਏ ਦਾ, ਇੱਕ 3 ਸਾਲ ਵੀ ਨਫ਼ਾ ਹੁੰਦਾ ਰਿਹਾ ਤਾਂ ਪੂਰਾ ਨਹੀਂ ਹੋ ਸਕਦਾ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਸ਼ਾਹ ਜੀ, ਕੀ ਹਾਲ ਹੈ? ਠੀਕ ਠਾਕ ਜਨਾਬ, ਸ਼ੁਕਰ ਅੱਲਾ ਦਾ। ਜਨਾਬ ਦਾ ਕੀ ਨਾਮ ਹੈ? ਲਿਆਕਤ ਅਲੀ ਸ਼ਾਹ ਸਾਹਿਬ। ਲਿਆਕਤ ਸਾਹਿਬ, ਇਲਾਕਾ ਕਿਹੜਾ ਜੇ? ਫਿਰੋਟਾ ਸਹੀਦਾਂ। ਪੀਰ ਜੀ, ਤੁਸੀਂ ਕਿੰਨੇ ਅਰਸੇ ਤੋਂ ਬੱਕਰੀਆਂ ਦਾ ਕੰਮ ਕਰਦੇ ਹੋ ਪੇ? ਅਸੀਂ ਜਨਾਬ ਸ਼ੁਰੂ ਤੋਂ ਕਰ ਰਹੇ ਹਾਂ, ਦਾਦੇ ਪੜਦਾਦੇ ਤੋਂ। ਮਾਸ਼ਾਅੱਲਾ, ਨਸਲ ਦਰ ਨਸਲ ਹੈ ਇਹ ਕੰਮ ਹੈ, ਤੇ ਤੁਹਾਡਾ ਕਿੰਨਾ ਕੁ ਤਜਰਬਾ ਹੈ? ਕੋਈ 30-31 ਸਾਲ ਹੋ ਗਏ ਨੇ ਤੁਹਾਨੂੰ ਵੀ? ਹਾਂਜੀ। ਮਾਸ਼ਾਅੱਲਾ, ਤੁਹਾਡਾ ਸਰ ਜਿਹੜਾ ਤਜਰਬਾ ਹੈ ਕੋਈ 30-31 ਸਾਲ ਦਾ, ਕਿਹਸਾ ਰਿਹਾ? ਠੀਕ ਰਿਹਾ, ਬੜਾ ਬਿਹਤਰੀਨ ਰਿਹਾ ਜੇ। ਅੱਛਾ, ਇਹ ਕੰਮ ਦੇ ਮੁਤਲਕ ਦੱਸੋ ਕਿ ਇਹ ਕੰਮ ਕਿਹਸਾ ਹੈ, ਤੁਸੀਂ ਇਹ ਕੰਮ ਤੋਂ ਕੀ ਸਿੱਖਿਆ ਜਾਂ ਕੀ ਹਾਸਲ ਕੀਤਾ? ਅਸਾਂ ਜਨਾਬ ਜਾਨਵਰਾਂ ਦਾ ਇਹ ਬਿਮਾਰੀ ਸ਼ਮਾਰੀ ਦਾ ਹਾਸਲ ਕੀਤਾ ਹੋਵੇ, ਜਾਂ ਇਹਦੀ ਨਸਲ ਨੁਸਲ ਦਾ ਹਾਸਲ ਕੀਤਾ ਹੋਵੇ, ਕਿਹੜੀ ਚੰਗੀ ਹੈ ਕਿਹੜੀ ਮੰਦੀ ਹੈ। ਜੀ, ਬਾਕੀ ਇਹ ਅਸਾਂ ਕੀਤਾ ਜਨਾਬ। ਯਾਨੀ ਕਿ ਤੁਸੀਂ ਇਹਨਾਂ ਦੀ ਨਸਲਾਂ ਦੇ ਬਾਰੇ 'ਚ ਵੀ ਜਾਣਗੇ ਹੋ ਅਤੇ ਬਿਮਾਰੀਆਂ ਨੂੰ ਵੀ ਜਾਣਗੇ ਹੋ? ਹਾਂਜੀ, ਨਸਲਾਂ ਦੇ ਬਾਰੇ 'ਚ ਵੀ ਜਾਣਗੇ, ਬਿਮਾਰੀਆਂ ਦੇ 'ਚ ਵੀ। ਜ਼ਬਰਦਸਤ। ਅਤੇ ਵੈਸੇ ਓਵਰਆਲ ਅਗਰ ਪੁੱਛਿਆ ਜਾਏ ਕਿ ਇਹ ਕੰਮ ਨਫ਼ਾ ਬਖਸ਼ ਹੈ ਜਾਂ ਕਿ ਨੁਕਸਾਨ ਦੇਵੇ, ਤਾਂ ਤੁਸੀਂ ਕੀ ਕਹੋਗੇ? ਇਹ ਜਨਾਬ ਬਰਾਬਰ ਹੀ ਹੈ, ਕਿਤੇ ਨਫ਼ਾ ਵੀ ਹੋ ਜਾਂਦਾ, ਕਿਤੇ ਨੁਕਸਾਨ ਵੀ ਹੋ ਜਾਂਦਾ। ਹੁਣ ਜਿੰਨਾ ਨੁਕਸਾਨ ਪਿੱਛੇ ਹੋ ਗਿਆ 10-12 ਲੱਖ ਰੁਪਏ ਦਾ, ਇੱਕ 3 ਸਾਲ ਵੀ ਨਫ਼ਾ ਹੁੰਦਾ ਰਿਹਾ ਤਾਂ ਪੂਰਾ ਨਹੀਂ ਹੋ ਸਕਦਾ। ਅੱਛਾ, ਹਾਂਜੀ। ਤੇ ਉਹ ਜਿਹੜਾ ਤੁਹਾਨੂੰ ਸਾਰੇ ਨੁਕਸਾਨ ਹੋਇਆ, ਉਹ ਕਿਹੜੀ ਵਜ੍ਹਾ ਤੋਂ ਹੋਇਆ? ਉਹ ਬਿਮਾਰੀ ਦੀ ਵਜ੍ਹਾ ਤੋਂ ਹੋਇਆ ਜਨਾਬ। ਇਹ ਡਾਕਟਰ ਨੇ ਇਹ ਆਣ ਕੇ ਪੁੱਛ ਗਿਆ ਸੀ, ਕੋਈ ਨਹੀਂ ਕਰਦੇ ਜੀ, ਮਤਲਬ ਲੈਣ ਤਾਂ ਸਾਡਾ ਖਰੋਟਾ ਸੀ, ਇੱਦਾਂ ਦਾ ਯੂਨੀਅਨ ਕੌਂਸਲ ਡਾਕਟਰ ਰਹਿੰਦਾ ਸੀ, ਇੱਥੋਂ ਹਸਪਤਾਲ 'ਚ ਚਲੇ ਗਏ ਦੇ ਨੇ, ਇੱਥੇ ਪੈਸੇ ਮੰਗਦੇ ਨੇ ਜਨਾਬ, ਸਾਨੂੰ ਪੈਸੇ ਦਿਓ, ਹੁਣ ਦੇ ਵੀ ਜੀ, ਅਤੇ ਜਾਣ ਦੇ ਵੀ ਦਿਓ, ਅਤੇ ਲਿਆਦਾ ਡੰਗਰਾਂ ਦਾ ਆਣ ਕੇ ਕੋਈ ਬਾਰੇ ਪੁੱਛਦੇ ਗਏ ਸੀ, ਤਾਂ ਨਹੀਂ ਹੈ, 2-4 ਸਾਲ ਪਹਿਲਾਂ ਪਿੱਛੇ ਨਾ ਪੁੱਛਿਆ ਵੇ, ਪੁੱਛ ਕੇ ਆਣ ਕੇ ਦਵਾਈਆਂ ਸ਼ਵਾਈਆਂ ਦੇ ਜਾਂਦੇ ਰਹੇ ਨੇ, ਚੈੱਕ ਕਰ ਜਾਂਦੇ ਰਹੇ ਨੇ, ਉਹ ਕਾਰਡ 'ਤੇ ਆਪਣਾ 10-7 ਪੂਰੇ ਕਰ ਜਾਂਦੇ ਰਹੇ, ਨਗੇ ਸ਼ਕ ਸਾਰਾ ਕੁਝ। ਅੱਛਾ, ਫਿਰ ਉਸ ਤੋਂ ਬਾਅਦ ਕੋਈ ਬਾਦਸ਼ਾਹ ਨਹੀਂ ਲੈਂਦੇ ਆ। ਯਾਨੀ ਕਿ ਡਾਕਟਰ ਤਾਵਨ ਨਹੀਂ ਕਰਦੇ ਅਤੇ ਬਿਮਾਰੀਆਂ ਦਾ ਇਲਾਜ ਨਹੀਂ ਹੁੰਦਾ ਅਤੇ ਜਾਨਵਰ ਜ਼ਾਇਆ ਹੋਈ ਜਾਂਦੇ? ਬਿਲਕੁਲ। ਅਤੇ ਤੁਹਾਡੇ ਸਰ ਕਿੰਨੇ ਕੁ ਜਾਨਵਰ ਜ਼ਾਇਆ ਹੋਏ ਨੇ? ਜਾਨਵਰ ਮੇਰੇ ਜਨਾਬ ਹੋ ਗਏ ਜੇ ਕੋਈ 10 ਜਾਨਵਰ, ਵੱਡੇ ਬੱਕਰੀਆਂ ਹੋ ਗਈਆਂ, ਸੂਣ ਵੱਲ ਤਾਂ ਟੁੱਕੀਆਂ ਜਿਹੜੀਆਂ ਹਜੇ ਜੀ ਜੀ, ਉਹ ਜਿਹੜੀਆਂ ਸੂਈਆਂ ਸਨ ਉਹਨਾਂ ਦੇ 12-14 ਬੱਚੇ ਨੁਕਸਾਨ ਹੋ ਗਏ ਨੇ। ਓਏ ਹੋਏ, ਅੱਲਾ ਕਰਮ ਕਰੇ। ਅਤੇ ਸਰ ਉਹਨਾਂ ਨੂੰ ਕਿਹੜੀ ਬਿਮਾਰੀ ਆਈ ਹੋਈ ਪਤਾ ਚੱਲਿਆ? ਉਹਨਾਂ ਜਨਾਬ ਮੂੰਹ ਖੋਰ ਤੇ ਮੁੱਕਰ ਆਈ ਸੀ ਪੈਰਾਂ ਦੇ ਉੱਤੇ, ਅੰਦਰ ਛਾਲ ਜ਼ਬਾਨ 'ਚ ਬਣ ਜਾਂਦੇ ਨੇ। ਤੇ ਮੂੰਹ ਖੋਰ ਤੇ ਜਿਹੜੀ ਪੈਰਾਂ ਦੀ ਬਿਮਾਰੀ, ਇਹਦੀ ਤੇ ਕਹਿੰਦੇ ਨੇ ਵੈਕਸੀਨੇਸ਼ਨ ਹੁੰਦੀ ਹੈ, ਉਹ ਤੇ ਪਹਿਲੇ ਕਰਾ ਲੈਣੀ ਚਾਹੀਦੀ ਹੈ, ਤੁਸੀਂ ਨਹੀਂ ਕਰਾਈ? ਬਿਲਕੁਲ ਅਸਾਂ ਨਹੀਂ ਕਰਾਈ ਜਨਾਬ, ਡਾਕਟਰ ਆਇਆ ਹੀ ਨਾ, ਉਹਨੇ ਸਾਨੂੰ ਦੱਸਿਆ ਹੁਣ ਕਿ ਵੀ ਕਰਾਈ, ਅਸੀਂ ਫੋਨ ਸ਼ੂਨਾਂ ਨੂੰ ਕਰਦੇ ਰਹੇ, ਲੇਕਿਨ ਐਂ ਨਹੀਂ ਹੁੰਦੇ ਰਹੇ। ਅੱਛਾ ਜੀ, ਠੀਕ ਹੈ। ਯਾਨੀ ਕਿ ਅਗਰ ਵੈਕਸੀਨੇਸ਼ਨ ਹੋਈ ਜਾਂਦੀ ਤੇ ਉਹ ਬਚ ਜਾਣੇ? ਬਿਲਕੁਲ, ਫਿਰ ਉਹਨਾਂ ਨੂੰ ਕੋਈ ਨੁਕਸ ਨਹੀਂ ਪੈਣਾ ਉਹਨਾਂ ਨੂੰ। ਠੀਕ ਹੈ। ਤੇ ਪੀਰ ਜੀ, ਇਹ ਕੰਮ ਆਸਾਨ ਹੈ ਕਿ ਮੁਸ਼ਕਲ ਹੈ? ਆਸਾਨ ਵੀ ਹੈ ਤੇ ਮੁਸ਼ਕਲ ਵੀ ਹੈ ਜਨਾਬ। ਜੀ, ਆਸਾਨ ਕਿਸ ਲਿਹਾਜ਼ ਨਾਲ ਹੈ ਤੇ ਮੁਸ਼ਕਲ ਕਿਸ ਲਿਹਾਜ਼ ਨਾਲ ਹੈ? ਆਸਾਨ ਇਸ ਲਿਹਾਜ਼ ਲਈ ਇਹਨਾਂ ਦਾ ਖਾਣ ਪੀਣ ਜਿਹੜਾ ਮਿਲਦਾ ਗਿਲਦਾ ਰਵੇ, ਮਾਲ ਨੂੰ ਤੰਦਰੁਸਤੀ ਰਵੇ ਜੀ, ਤੇ ਆਸਾਨ ਜੇ ਮਾਲ ਨੂੰ ਵੀ ਨੁਕਸਾਨ ਰਵੇ, ਖਾਣ ਪੀਣ ਨੂੰ ਕੱਖ ਨਾ ਲੱਭੇ, ਫਿਰ ਕੁਝ ਵੀ ਨਹੀਂ ਜਨਾਬ, ਇਹ ਚੱਕਰ ਹੈ। ਅੱਛਾ ਜੀ, ਤੇ ਇਸ ਟਾਈਮ ਮਾਸ਼ਾਅੱਲਾ ਕਿੰਨੇ ਜਾਨਵਰ ਜੇ ਕੋਲ? ਇਸ ਟਾਈਮ ਜਨਾਬ 12 ਜਾਨਵਰ ਵੱਡੇ ਜੇ ਜੀ, ਤੇ 7 ਜਾਨਵਰ ਛੋਟੇ ਜੇ। ਯਾਨੀ ਕੋਈ 20 ਜਾਨਵਰ ਤੁਸੀਂ ਰੱਖੇ ਨੇ? ਹਾਂਜੀ। ਤੇ ਇਕੱਲੇ ਤੁਸੀਂ ਖੁਦ ਹੀ ਸੰਭਾਲਦੇ ਹੋ? ਬਿਲਕੁਲ ਜਨਾਬ। ਇਕੱਲਿਆਂ ਸੰਭਾਲਣਾ ਮੁਸ਼ਕਲ ਤੇ ਨਹੀਂ? ਮੁਸ਼ਕਲ ਹੁੰਦਾ ਪਰ ਲੇਕਿਨ ਫਿਰ ਵੀ ਜਰਾ ਸੰਭਾਲਣੇ ਤੇ ਪੈਂਦੇ ਹੀ ਨੇ, ਕਿਉਂ ਇਹਨਾਂ ਦਾ ਵੀ ਸੋਚਣਾ, ਨੁਕਸਾਨ ਨੂੰ ਜ਼ਿਆਦਾ ਇਹਨਾਂ ਦਾ ਸੋਚਣਾ ਪੈਂਦਾ ਸਾਨੂੰ। ਜੀ ਜੀ, ਇਹਨਾਂ ਦੀ ਸਫਾਈ ਰੱਖਣੀ ਪੈਂਦੀ ਹੈ 24 ਘੰਟੇ ਥੱਲੇ ਜਨਾਬ, ਗਿਲਣੀ ਇਹਨਾਂ ਥੱਲੇ ਹੁੰਦੇ ਹੀ ਦੀ, ਇਹ ਚੱਕਰ ਹੁੰਦਾ, ਪਿਸ਼ਾਬ ਜਿੱਥੇ ਕਰਨ ਉਸੇ ਘੜੀ ਸਫਾਈ ਇਹਨਾਂ ਦੀ ਹੋਣੀ ਹੈ। ਅੱਛਾ ਅੱਛਾ ਜੀ, ਯਾਨੀ ਕਿ ਸਫਾਈ ਦਾ ਵੀ ਖਾਸ ਇੰਤਜ਼ਾਮ ਕਰਨਾ ਪੈਂਦਾ? ਬਿਲਕੁਲ ਜਨਾਬ, ਇਹਨਾਂ ਦਾ। ਇਸ ਤੋਂ ਇਲਾਵਾ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ? ਹੋਰ ਬਹੁਤ ਚੀਜ਼ਾਂ ਦਾ ਇਹਨਾਂ ਖਿਆਲ ਰੱਖਣਾ ਪੈਂਦਾ ਵੇ, ਮਾਲ 'ਚ ਚਾਰ ਕੇ ਤੁਸੀਂ ਜਾਣਾ ਵੇ,
ਇਹਨਾਂ ਦੇ ਟੱਟੀ ਪਿਸ਼ਾਬ ਦਾ ਹਿਸਾਬ ਲਾਣਾ ਵੀ ਕਿਹੜੇ ਜਾਨਵਰ ਨੇ ਪਿਸ਼ਾਬ ਕੀਤਾ, ਕਿਹੜੇ ਨੇ ਨਹੀਂ ਕੀਤਾ, ਉੱਠ ਕੇ ਕਿਹੜਾ ਜਾਨਵਰ ਠੀਕ ਠਾਕ ਜਾਂ ਕਿਹੜਾ ਥੋੜਾ ਸਲੋ ਜਾ ਰਿਹਾ ਵੇ ਜੀ ਜੀ, ਉਹਦੀ ਦੇਖਭਾਲ ਕਰੀ ਦੀ ਉਹਨੂੰ ਵੇਖੀ ਦੇ ਉਹਨੂੰ ਕੀ ਚੱਕਰ ਹੈ। ਅੱਛਾ, ਉਹਦਾ ਲਿਆ ਗਿਆ ਮੈਡੀਕਲ ਉਹਨੂੰ ਦੇਈਦਾ ਉਹਨੂੰ। ਅੱਛਾ, ਯਾਨੀ ਕਿ ਫਿਰ ਅਗਰ ਉਹ ਪਿਸ਼ਾਬ ਨਹੀਂ ਕਰਦਾ ਤੇ ਉਹਨੂੰ ਅਫਰਾਦ ਦਾ ਮਸਲਾ ਹੁੰਦਾ? ਅਫਰਾਦ ਦਾ ਮਸਲਾ ਹੁੰਦਾ, ਪਿਸ਼ਾਬ ਬੰਦ ਹੋ ਜਾਂਦਾ ਵੇ। ਤੇ ਉਹਦਾ ਕੋਈ ਦੇਸੀ ਇਲਾਜ ਕਰਦੇ ਹੋ? ਨਹੀਂ, ਉਹਦਾ ਮੈਡੀਸਨ ਕਰੀਦਾ ਜੇ ਪਿਸ਼ਾਬ ਖੋਲਣ ਵਾਲਾ ਟੀਕਾ ਲਿਆ ਕੇ ਲਾਈਦਾ ਜੇ, ਉਹ ਫਿਰ ਨਾੜਾਂ ਖੁੱਲ ਜਾਂਦੀਆਂ ਨੇ ਅੰਦਰ ਸਾਰੀਆਂ ਜੀ ਜੀ, ਤੇ ਫਿਰ ਪਿਸ਼ਾਬ ਜਾਨਵਰ ਦਾ ਖੁੱਲ ਜਾਂਦਾ ਵੇ। ਠੀਕ ਹੈ, ਉਹ ਪਿਸ਼ਾਬ ਕਰਦਾ ਫਿਰ। ਅੱਛਾ ਜੀ, ਤੇ ਇਸ ਤੋਂ ਇਲਾਵਾ ਸ਼ਾਹ ਜੀ ਇਹਨਾਂ ਨੂੰ ਹੋਰ ਕਿਹੜੀ ਕਿਹੜੀ ਬਿਮਾਰੀ ਹੁੰਦੀ ਜੇ? ਖਾਸ ਕਰਕੇ ਬਹੁਤੀ ਇਹੀ ਬਿਮਾਰੀ ਹੁੰਦੀ ਹੈ, ਔਰ ਖੰਘ ਰੇਸ਼ਾ ਦੇ ਦੂਸਰਾ ਜ਼ੁਕਾਮ ਜ਼ੁਕੂਮ ਕਿਸੇ ਵੇਲੇ ਆ ਜਾਂਦਾ ਠੰਡ ਛੰਡ ਦੀ ਵਜ੍ਹਾ ਵਾਸਤੇ, ਰੇਸ਼ਾ ਵਗੈਰਾ ਜਿਹੜਾ ਹੋ ਜਾਂਦਾ ਵੇ ਜੀ, ਬੁਖਾਰ ਬਹੁਰ ਹੋ ਜਾਂਦਾ, ਮੌਸਮ ਦੀ ਤਬਦੀਲੀ ਨਾਲ ਆ ਜਾਂਦਾ ਵੇ। ਉਹ ਵੀ ਇਹ ਫਾਸਤੀ ਟੀਕੇ ਲੱਗੇ ਹੁਣ ਤਾਂ ਨਹੀਂ ਕੋਈ ਵੀ ਆਉਂਦਾ। ਅੱਛਾ, ਹਾਂਜੀ, ਦੇਖਣਾ ਡਾਕਟਰ ਤਾਂ ਆਮਣੇ ਨਹੀਂ ਕਰਦੇ ਕਿਸੇ ਨਾਲ ਸਹੀ, ਤੇ ਇਹ ਸਿਰਫ ਪੈਸਾ ਮੰਗਦੇ ਨੇ ਜੀ ਜੀ, ਪੈਸਾ ਸਾਨੂੰ ਦਿਓ, ਤੇ ਪੈਸਾ ਫਿਰ ਐਂ ਕਿਸੇ ਨੇ ਦੇਣਾ ਹੁੰਦਾ ਨਾ ਕੋਈ, ਤੇ ਜਾਂ ਆਖਣੇ ਬੜਾ ਕੋਈ ਜਾਨਵਰ ਉੱਥੇ ਲੈ ਆਵੋ ਜੀ, ਉੱਥੇ ਇੰਨੇ ਜਾਨਵਰ ਬੰਦਾ ਲੱਦ ਕੇ ਕਿੰਨੇ ਖੜੇ, ਹਾਂਜੀ, ਜਿਹੜਾ ਕਿਰਾਇਆ ਦੇ ਕਦੇ ਉਹਨੇ ਬੰਦਾ ਦਵਾਈ ਖਰੀਦ ਲੈਂਦਾ ਜੀ ਜੀ। ਤੇ ਸ਼ਾਹ ਜੀ ਤੁਸੀਂ ਕੋਈ ਇਹਨਾਂ ਵਾਸਤੇ ਮਸਾਲਾ ਵੀ ਤਿਆਰ ਕੀਤਾ ਜਿਹੜਾ ਇਹਨਾਂ ਨੂੰ ਆਮ ਦਿਨਾਂ 'ਚ ਦਿੰਦੇ ਹੋ? ਨਹੀਂ, ਸਿਰਫ ਲੂਣ ਵਗੈਰਾ ਦੇਈਦਾ ਜਾਂ ਨਿਰਜੈਨ ਦੇਈਦੀ ਕਿਰਮਾਂ ਦੀਆਂ ਇਹਨਾਂ ਨੂੰ 6 ਮਹੀਨਿਆਂ ਬਾਅਦ। ਅੱਛਾ, ਹਾਂਜੀ, ਇਹਨਾਂ ਦਾ ਪੇਟ ਸਾਫ਼ ਹੁੰਦਾ ਵੇ, ਵਿੱਚ ਮੁਲਾਫ ਬਾਹਰ ਨਿਕਲ ਆਉਂਦੇ ਨੇ ਜੋ ਵੀ ਹੁੰਦਾ ਵੇ। ਤੇ ਲੂਣ ਕਿੰਨੇ ਦੇਰ ਬਾਅਦ ਦਿੰਦੇ ਹੋ? ਲੂਣ ਦੇਰੀ ਦਾ ਵੇ 6-7 ਦਿਨਾਂ ਬਾਅਦ ਦੇਰੀ ਦੇ, ਇਹਨੇ ਬਕਾਇਦਾ ਢਿੱਲਾ ਲਿਆ ਗਿਆ ਰੱਖ ਛੱਡੀ ਦਾ ਵੇ, ਉਹ ਜਿਹੜੀ ਦਿਲ ਕਰੇ ਪੇ ਝੜਦੀ ਜੁੜਦੀ ਹੈ ਆਪਣੀ ਮਰਜ਼ੀ ਨਾਲ। ਹਾਂਜੀ, ਅੱਛਾ ਸ਼ਾਹ ਜੀ, ਇਹ ਜਿਹੜੀ ਨਸਲ ਹੈ ਤੁਹਾਡੇ ਕੋਲ ਬੱਕਰੀਆਂ ਦੀ, ਇਹ ਕਿਹੜੀ ਜੇ? ਇਹ ਬਿੱਤਲ ਨਸਲ ਹੈ ਜਨਾਬ, ਸਿਆਲਕੋਟੀ। ਅੱਛਾ ਜੀ, ਦੇਸੀ ਵੀ ਕਹਿੰਦੇ ਇਹਨਾਂ ਨੂੰ? ਇਹਨੂੰ ਦੇਸੀ ਪਿਓਰ ਦੇਸੀ ਇਹਨੂੰ ਕਹਿੰਦੇ ਨੇ, ਸਿਆਲਕੋਟੀ ਨਸਲ। ਅੱਛਾ, ਪਿਓਰ ਦੇਸੀ ਆ ਵੇ, ਇਹਦੀ ਕੀ ਕੋਈ ਪਹਿਚਾਣ, ਕੀ ਹੋਬੀ ਹੈ? ਪਹਿਚਾਣ ਹੋਬੀ ਇਹਨਾਂ ਦੀ ਪਿਓਰ ਦੇਸੀ ਬੱਕਰੀ ਸਾਹਮਣੇ ਨਜ਼ਰ ਆ ਜਾਂਦੀ, ਕੰਨ ਸ਼ਾਨ ਹੁੰਦੇ ਨੇ, ਕੰਨ ਦੀ ਪੱਧਰੀ ਛੱਧਰੀ ਹੁੰਦੀ, ਕੱਦਾਵਾਰ ਹੁੰਦੀ ਹੈ, ਔਰ ਦੂਸਰਾ ਮਾਲ ਜਿਹੜਾ ਹੁੰਦਾ ਵੇ, ਦਰਗਾ ਜਿਹੜਾ ਹੁੰਦਾ ਵੇ, ਉਹ ਵੀ ਪਛਾਣ ਕਰਦਾ ਵੇ, ਔਰ ਜਿਹੜਾ ਪਿਓਰ ਦੇਸੀ ਬਿਲਕੁਲ ਟੈਡੀ ਹੁੰਦਾ ਵੇ, ਉਹ ਵੀ ਪਛਾਣ ਕਰਦਾ ਵੇ ਜੀ। ਹੁਣ ਲੋਕ ਖਾਸ ਕਰਕੇ ਜ਼ਿਆਦਾ ਮਿੱਚਰ ਕਰਾਉਂਦੇ ਨੇ, ਆ ਪਹਾੜੀ ਦੇਲੇ ਲੈ ਆਉਂਦੇ ਨੇ, ਉੱਧਰ ਦਰਗੀ ਬੱਕਰੀ ਲੈ ਲਈ ਹੈ, ਉਹ ਮਿੱਚਰ ਹੋ ਗਿਆ ਤੇ ਕੰਨ ਜ਼ਿਆਦਾ ਲੰਮੇ ਹੋ ਗਏ ਨੇ ਜੀ, ਇਸ ਵੇਲੇ ਫਲਾਣੀ ਜੂ ਦੀ ਬੜੀ ਅੱਛੀ ਜਾਨਵਰ ਜਾ ਰਿਹਾ ਜੀ ਸ਼ਹਿਰ ਦਾ ਜੀ, ਉਹ ਹਿਸਾਬ ਹੈ ਜਨਾਬ ਸਾਡੇ ਸਿਆਲਕੋਟ ਜੂ ਜਿਹੜੀ ਹੈ ਨਾ, ਇਹ ਜਾ ਰਿਹਾ ਮਾਲ, ਇਹ ਖਾਸ ਕਰਕੇ ਸਿਆਲਕੋਟੀ ਨਸਲ ਹੈ ਵੇ। ਤੇ ਸਾਡੇ ਇਲਾਕੇ 'ਚ ਇਹ ਹੀ ਨਸਲ ਕਾਮਯਾਬ ਹੈ ਜਾਂ ਕਿ ਹੋਰ ਵੀ ਕੋਈ ਨਸਲ ਕਾਮਯਾਬ ਹੈ? ਸਾਡੇ ਇਲਾਕੇ 'ਚ ਇਹ ਕਾਮਯਾਬ ਹੈ ਨਸਲ। ਅੱਛਾ, ਹਾਂਜੀ, ਤੇ ਇਹ 1 ਸਾਲ 'ਚ ਕਿੰਨੀ ਦਫਾ ਸੁਣਦੀ ਜੇ? 1 ਸਾਲ ਦੇ ਵਿੱਚ 2 ਦਫਾ ਸੁਣਦੀ, ਲੇਕਿਨ 1 ਦਫਾ ਸਫਾਈ ਦੀ ਹੈ। ਉਹਦੀ ਕੀ ਵਜ੍ਹਾ? ਉਹਦੀ ਵਜ੍ਹਾ ਇਹ ਹੁੰਦੀ ਹੈ, ਇੱਕ ਤਾਂ ਦੁੱਧ ਚਲੋ ਮਿਲ ਜਾਂਦਾ ਵੇ, ਇੱਕ ਜਾਨਵਰ ਨੂੰ ਰੈਸਟ ਮਿਲ ਜਾਂਦੀ ਹੈ, ਜੇ ਜਾਨਵਰ ਨੂੰ ਡਬਲ ਸੂਆ ਪਾਓ ਤੇ ਤਕੜਾ ਨਹੀਂ ਹੋਏ ਤਾਂ ਹੋਸ਼ ਨਹੀਂ ਆਏ ਦੀ ਫਿਰ ਜੀ ਜੀ, ਇਹ ਮਸਾਂ ਆਪਣੇ ਬੱਚੇ ਵੀ ਨਹੀਂ ਰਜਾਇਆ ਕਰੇ ਦੁੱਧ ਵਾਸਤੇ ਫਿਰ। ਠੀਕ ਹੈ, ਤੇ ਜ਼ਿਆਦਾ ਤੋਂ ਜ਼ਿਆਦਾ ਦੇਸੀ ਬੱਕਰੀ ਕਿੰਨੇ ਬੱਚੇ ਦਿੰਦੀ ਹੈ? 2 ਦੇ 3 ਦੇ ਇਹ ਰੱਬੀ ਕੰਮ ਹੁੰਦੇ ਨੇ, 4 ਵੀ ਦੇ ਦਿੰਦੀਆਂ ਨੇ ਕਿਸੇ ਵੇਲੇ। ਅੱਛਾ, ਕਈ 4 ਦੇਣ ਵਾਲੀ 1 ਦੇ ਦਿੰਦੀਆਂ ਨੇ ਕਿਸੇ ਵੇਲੇ। ਕੁਛ ਭਾਈ ਕਹਿੰਦੇ ਨੇ ਕਿ ਅਗਰ ਬੱਚੇ ਬੱਕਰੀ ਜ਼ਿਆਦਾ ਦੇ ਤੇ ਉਹਨਾਂ ਨੂੰ ਸੰਭਾਲਣਾ ਵੀ ਮੁਸ਼ਕਲ ਹੁੰਦਾ, ਬਿਲਕੁਲ ਤੁਹਾਡੀ ਕੀ ਰਾਏ ਵੇ? ਸਾਡੀ ਰਾਏ ਜੇ ਜ਼ਿਆਦਾ ਬੱਚੇ ਹੋ ਜਾਂਦੇ ਬੱਕਰੀ ਫਿਰ ਦੁੱਧ ਕੰਮ ਹੋਏ, ਫਿਰ ਦੂਸਰੀ ਬੱਕਰੀ ਤੋਂ ਚੰਗਾ ਲਈਦਾ ਵੇ। ਹਾਂਜੀ, ਅੱਛਾ, ਤੇ ਮਾਸ਼ਾਅੱਲਾ ਜਿਹੜਾ ਤੁਹਾਡਾ ਸਾਹਮਣੇ ਬਰੀਡਰ ਨਜ਼ਰ ਆਉਂਦਾ ਪਿਆ, ਤੁਸੀਂ ਇਹਨੂੰ ਅੱਗੇ ਕੱਪੜਾ ਬੰਨਿਆ ਹੈ, ਇਹਦੀ ਕੀ ਵਜ੍ਹਾ? ਇਹਦੀ ਵਜ੍ਹਾ ਹੈ ਬੱਕਰੀਆਂ ਸੂਈਆਂ ਨੇ ਲਾਏ ਨਾ ਬੱਕਰੀ ਹੁਣ। ਅੱਛਾ, ਹਾਂਜੀ, ਤੇ ਬੱਕਰੀ ਨੂੰ ਗੱਭਣ ਕਰਾਉਣ ਵਾਸਤੇ ਕਿਹੜਾ ਜਿਹੜਾ ਮੌਸਮ ਹੈ ਉਹ ਬਿਹਤਰ ਹੈ? ਉਹਦਾ ਮੌਸਮ ਜਨਾਬ ਬਿਹਤਰ ਹੈ ਹੁੰਦਾ ਵੇ, ਅਸੀਂ ਤੇ ਕਰਾਉਂਦੇ ਜੇ ਭਾਦਰ 'ਚ, ਯਾਨੀ 8ਵੇਂ ਮਹੀਨੇ ਜਾ ਕੇ, 7ਵੇਂ 8ਵੇਂ ਮਹੀਨੇ ਜੀ, ਤੇ ਫਿਰ ਸਾਡੀਆਂ ਬੱਕਰੀਆਂ ਸੁਣਦੀਆਂ ਨੇ ਸਿਆਲ ਕੱਢ ਕੇ ਮਾਂਗ ਦੇ ਮਹੀਨੇ 'ਚ। ਅੱਛਾ, ਉਹ ਸਰਦੀ ਜਿਹੜਾ ਕੰਮ ਹੋ ਜਾਂਦੀ ਥੋੜ੍ਹੀ ਸਾਰੀ, ਉਹਦੀ ਵਜ੍ਹਾ ਵਾਸਤੇ ਫਿਰ ਜਿਹੜਾ ਨਾ ਸੁਬਾਹ ਸਹੀ ਰਹਿੰਦਾ ਫਿਰ। ਅੱਛਾ, ਯਾਨੀ ਕਿ ਉਹ ਮੌਸਮ ਬਿਹਤਰ ਹੈ? ਹਾਂਜੀ, ਲੇਕਿਨ ਫਿਰ ਵੀ ਅੱਗ ਬਾਲ ਕੇ ਸੁਕਾਉਣੇ ਪੈਂਦੇ ਨੇ, ਉਹਨਾਂ ਦੀ ਹਿਫਾਜ਼ਤ ਕਰਨੀ ਪੈਂਦੀ ਹੈ, ਉਹਨਾਂ ਨੂੰ ਅੱਛੇ ਥਾਂ ਧਰਨਾ ਪੈਂਦਾ ਉਹਨਾਂ ਨੂੰ। ਤੇ ਸਰ, ਸਰਦੀਆਂ 'ਚ ਤੁਸੀਂ ਹੋਰ ਕਿਹੜੀ ਕਿਹੜੀ ਅਹਤਿਆਤ ਕਰਦੇ ਹੋ ਜਾਂ ਕਿੰਝ ਬਚਾਉਂਦੇ ਹੋ? ਬਸ ਸੇਕ ਸ਼ੇਕ ਨਾਲ ਅੱਗ ਸ਼ੱਗ ਦੇ ਨਾਲ ਬਚਾਈ ਦੇ ਜੇ। ਅੱਛਾ, ਹਾਂਜੀ, ਤੇ ਹੋਰ ਕੋਈ ਗਰਮ ਖੁਰਾਕ ਵੀ ਖਿਲਾਉਂਦੇ ਉਹਨਾਂ ਨੂੰ? ਨਹੀਂ, ਗੁੜ ਛੁੱਟ ਦੇਈਦਾ ਜੀ ਉਹਨਾਂ ਨੂੰ। ਅੱਛਾ, ਦੋ ਸ਼ੁੱਧ ਪਿਲਾ ਕੇ ਉਹਨਾਂ ਨੂੰ ਖੁੱਡਿਆਂ ਦੇ ਵਿੱਚ ਬੰਦ ਕਰ ਦੇਈਦਾ ਵੇ, ਉਹਨਾਂ ਨੇ ਜਗ੍ਹਾ ਜਿਹੜੀ ਬਣਾਈ ਹੁੰਦੀ ਹੈ। ਅੱਛਾ, ਹਾਂਜੀ, ਫਿਰ ਸੁਬਾਹ ਕੱਢ ਕੇ ਦੁਪਹਿਰਾ ਦੇ ਦਿੰਦੇ ਹੋ, ਫਿਰਦੇ ਟੁਰਦੇ ਰਹਿੰਦੇ ਜਗ੍ਹਾ ਜਵਾੜੇ 'ਚ। ਅੱਛਾ ਜੀ,
ਤੇ ਇਹਨਾਂ ਦੀ ਜਿਹੜੀ ਖੁਰਾਕ ਹੈ ਸਰਦੀਆਂ ਵਿੱਚ ਕਿਹੜੀ ਹੁੰਦੀ ਹੈ ਤੇ ਗਰਮੀਆਂ ਚ ਕਿਹੜੀ ਹੁੰਦੀ ਹੈ, ਕੋਈ ਫਰਕ ਹੈ ਕਿ ਸੇਮ ਹੀ ਹੈ? ਨਹੀਂ ਨਹੀਂ ਫਰਕ ਹੈ ਬਹੁਤ ਜਨਾਬ। ਇਹ ਸਰ ਕੀ ਫਰਕ ਹੈ ਸ਼ਾਹ ਜੀ? ਗਰਮੀਆਂ ਦੀ ਖੁਰਾਕ ਜਨਾਬ ਇਹਨਾਂ ਦੀ ਹੈ ਜੇ ਹੁਣ ਦਰੇਕ ਹੋ ਗਈ, ਤੂਤ ਹੋ ਗਿਆ, ਹੋਰ ਆ ਚੀਜ਼ਾਂ ਚੂਜ਼ਾਂ ਜਿਹੜੀਆਂ ਨੇ ਜੰਗਲੀ ਤੂਤ ਹੋ ਗਏ, ਇਹ ਗਰਮੀਆਂ ਦੀ ਖੁਸ਼ਕ ਖੁਰਾਕ ਹੈ, ਬੇਰੀ ਸ਼ੇਰੀ ਹੋ ਗਈ। ਤੇ ਸਿਆਲ ਦੀ ਜਿਹੜੀ ਹੈ ਅਛਨੀ ਪਿੱਪਲ, ਇਹ 2 ਮਹੀਨੇ ਖੁਰਾਕ ਚੱਲੇ ਜੀ ਸਰਦੀ ਦੇ ਵਿੱਚ, ਜਦੋਂ ਸਰਦੀ ਕੰਮ ਹੋ ਜਾਏ ਫਿਰ ਉਸ ਤੋਂ ਬਾਅਦ ਹਰਿਆਲੀ ਚੱਲਦੀ ਹੈ, ਫਿਰ ਸਟਾਲਾ ਵਗੈਰਾ। ਹਾਂਜੀ, ਯਾਨੀ ਕਿ ਜਿਹੜਾ ਸਟਾਲ ਹੈ ਤੁਸੀਂ ਇਹਨਾਂ ਵਾਸਤੇ ਮੁੱਲ ਲਿਆ? ਹਾਂਜੀ, ਪੂਰੀ ਸੇਵਾ ਕਰਦੇ ਹੋ ਪਹਿਲਾਂ? ਬਿਲਕੁਲ ਜੀ। ਤੇ ਇਹਨਾਂ ਤੇ ਸਾਲ ਦੇ ਕਿਹੜੇ ਕਿਹੜੇ ਮਹੀਨੇ ਨੇ ਜਦੋਂ ਖਰਚਾ ਜ਼ਿਆਦਾ ਹੁੰਦਾ? ਸਰਦੀਆਂ 'ਚ ਕਹਿੰਦੇ ਨੇ ਖਰਚਾ ਜ਼ਿਆਦਾ, ਉਂਜ ਅਗਲੇ ਪਿਛਲੇ ਜਿਹੜੇ ਮਹੀਨੇ ਨੇ ਉਦੋਂ ਖਰਚਾ ਕੰਮ ਹੈ? ਇਹਨਾਂ ਦਾ ਭਾਈ ਜਾਨ 12 ਮਹੀਨੇ ਇਹਨਾਂ 'ਤੇ ਖਰਚਾ ਹੁੰਦਾ ਹੋਵੇ। ਅੱਛਾ ਜੀ, ਕਿੰਨਾ ਕੁ ਖਰਚਾ ਹੋਈ ਜਾਂਦਾ? ਬਸ ਉਹ ਜਾਨਵਰ ਦੀ ਪਟੀਸ਼ਨ ਦੇ ਮੁਤਾਬਕ ਖਰਚਾ ਹੁੰਦਾ ਹੋਵੇ ਨਾ, ਜਾਨਵਰ ਨੂੰ ਕਿੰਨਾ ਨੁਕਸ ਪੈ ਗਿਆ ਵੇ, ਇਹਨੂੰ ਕੀ ਹੋਇਆ ਵੇ, ਜੀ ਉਹਦੇ ਮੁਤਾਬਕ ਖਰਚਾ ਚੱਲਦਾ ਫਿਰ। ਠੀਕ ਹੈ। ਹਾਂਜੀ, ਕਈ ਜਾਨਵਰ 6-6-7 ਹਜ਼ਾਰ ਰੁਪਇਆ 10-12 ਦਿਨਾਂ ਦੇ ਵਿੱਚ ਖਰਚ ਕਰਾ ਲੈਂਦੇ ਜੇ। ਇਹ ਚੱਕਰ ਹੁੰਦਾ ਜੇ। ਤੇ ਸ਼ਾਹ ਜੀ, ਤੁਸੀਂ ਮਾਸ਼ਾਅੱਲਾ ਪੂਰੇ ਜੇ ਜਾਨਵਰ ਰੱਖੇ ਨੇ, ਕੁਛ ਜ਼ਾਇਆ ਹੋ ਗਏ ਨੇ ਜੀ, ਤੇ ਅੰਨੇ ਜਾਨਵਰ ਰੱਖ ਕੇ ਗੁਜ਼ਾਰਾ ਹੋ ਜਾਂਦਾ? ਬਸ ਗੁਜ਼ਾਰਾ ਤਾਂ ਨਹੀਂ ਹੁੰਦਾ, ਲੇਕਿਨ ਫਿਰ ਵੀ ਗੁਜ਼ਾਰਾ ਕਰਨਾ ਪੈਂਦਾ ਵੇ, ਕਿਉਂ ਜਾਨਵਰ ਮਹਿੰਗੇ ਹੋ ਗਏ ਨੇ, ਲੈ ਨਹੀਂ ਜਾਂਦੇ ਆ। ਅੱਛਾ ਜੀ, ਇਹ ਫਿਰ ਘਰ ਦੀਆਂ ਲੇਲੀਆਂ ਛੇਲੀਆਂ ਸੁਆ ਪਵਾ ਕੇ ਰੱਖ ਕੇ ਜ਼ਿਆਦਾ ਕਰ ਲਈ ਦੀਆਂ ਜੇ। ਤੇ ਕਿੰਨੇ ਤੁਸੀਂ ਈਦ ਉੱਤੇ ਸੇਲ ਕਰਦੇ ਹੋ? ਨਹੀਂ, ਈਦ ਵਾਲਾ ਕੋਈ ਚੱਕਰ ਨਹੀਂ ਸੀ, ਅਸਾਂ ਸਿਰਫ ਠਰਕਣਾ ਸ਼ੌਂਕ ਨਾਲ ਰੱਖੀਆਂ ਨੇ, ਦੋਸ਼ੋ ਦੇ ਉਹਨੇ ਇਸਤੇਮਾਲ ਕਰੀਦਾ ਹੋਵੇ। ਅੱਛਾ, ਔਰ ਬੱਚੇ ਬੁੱਚੇ ਇਹਨਾਂ ਦੇ ਵੇਚ ਬੂਚ ਲਈ ਦੇ ਜੇ। ਬੱਚੇ ਕਿੰਨੀ ਕੁ ਉਮਰ ਦੇ ਹੁੰਦੇ ਤੇ ਸੇਲ ਕਰਦੇ ਹੋ? ਮਤਲਬ ਬੱਚੇ ਸਾਡੇ ਕੋਲ ਲੋਕੀ 1 ਮਹੀਨੇ ਦਾ, 15 ਦਿਨਾਂ ਦਾ, 20 ਦਿਨਾਂ ਦਾ, ਜਿੰਨੇ ਜ਼ਿਆਦਾ ਪੈਸੇ ਨਾ ਖਰਚਣੇ ਉਹਨਾਂ 10-20 ਦਿਨਾਂ ਦਾ ਲੈ ਜਾ ਕੇ ਫੀਡਰ ਪਿਆ ਬੁਲਾਉਂਦਾ ਹੋਵੇ। ਅੱਛਾ, ਉਹ ਕਿੰਨੇ ਕੁ ਦਾ ਮਿਲ ਜਾਂਦਾ? ਉਹ ਦੇ ਦੀਦਾ 5-6 ਹਜ਼ਾਰ ਰੁਪਏ ਦਾ, 10-20 ਦਿਨਾਂ ਦਾ। ਹਾਂਜੀ, ਅਗਰ ਕਿਸੇ ਲੈਣਾ ਹੋਏ ਤਾਂ ਰਾਬਤਾ ਕਰ ਸਕਦਾ? ਹਾਂਜੀ, ਠੀਕ ਹੈ। ਜੇ ਕਿਸੇ ਨੇ ਮਹੀਨੇ ਖੰਡ ਦਾ ਲੈਣਾ ਹੋਏ ਉਹ 7-8 ਹਜ਼ਾਰ ਰੁਪਏ ਦਾ ਮਿਲੇ ਦਾ ਉਹਨਾਂ ਨੂੰ। ਜੀ ਜੀ, ਜੇ ਡਾਣੀ ਲੱਗਾ ਬੱਚਾ ਲੈਣਾ ਖਾਂਦਾ ਪੀਂਦਾ ਉਹ 10 ਹਜ਼ਾਰ ਰੁਪਏ ਦਾ ਮਿਲੇ ਦਾ। ਤੇ ਇਸ ਟਾਈਮ ਕੋਈ ਸੇਲ ਕਰਨ ਵਾਲੇ ਆਏ ਨੇ ਕਿ ਨਹੀਂ? ਨਹੀਂ, ਉਹ ਲੈ ਲਈਏ, ਸੇਲ ਕਰਨ ਵਾਲੀ ਹੈ ਵੇ। ਉਹ ਜਿਹੜੀਆਂ ਪਰਾਂ ਨੇ? ਹਾਂਜੀ, ਉਹ ਵੀ ਮਜਬੂਰਨ ਦੇਣੀ ਪੈਣੀ, ਨਹੀਂ ਤਾਂ ਜ਼ਰੂਰਤ ਨਹੀਂ ਦੇਣ। ਉਹ ਕਿੰਨੇ ਦੀ ਸੇਲ ਕਰਨੀ ਹੈ? ਉਹ ਜਨਾਬ ਉਹਦਾ 10 ਹਜ਼ਾਰ ਰੁਪਇਆ ਮੰਗ ਰਿਹਾ ਮੈਂ, ਤੇ 9 ਹਜ਼ਾਰ ਰੁਪਇਆ ਲੱਗ ਗਿਆ ਉਹਦਾ। ਅੱਛਾ, ਹਾਂਜੀ, ਕਿਉਂਕਿ ਨਸਲ ਦੀ ਗੱਲ ਹੁੰਦੀ ਹੈ। ਜੀ ਜੀ ਸਰ, ਉਹ ਦੱਸੋ ਇਨਸ਼ਾਅੱਲਾ ਵੇਖ ਜੇ ਦੀ 10 ਹਜ਼ਾਰ ਦੀ, ਤੁਸੀਂ ਬੱਕਰੀ ਉੱਥੇ ਜਾ ਕੇ ਦੱਸੋ। ਅੱਛਾ ਸ਼ਾਹ ਜੀ, ਇਹ ਜਿਹੜੀ ਬੱਕਰੀ ਤੁਸੀਂ ਕਹਿ ਰਹੇ ਹੋ ਸੇਲ ਕਰਨੀ 10 ਹਜ਼ਾਰ ਦੀ, ਇਹ ਜਿਹੜੀ ਹੈ ਉਰਲੀ ਸਾਈਡ ਤੇ ਐਲੀ ਹੈ? ਹਾਂਜੀ। ਤੇ ਕਿੰਨੀ ਕਦੀ ਉਮਰ ਜੇ? ਇਹਦੀ ਉਮਰ ਹੋ ਗਈ ਜਨਾਬ 2 ਮਹੀਨੇ। 2 ਮਹੀਨੇ ਦੀ ਜੀ, ਪੂਰੇ 10 ਹਜ਼ਾਰ ਦੀ ਕਰਨੀ ਹੈ? 100 ਦਾ ਘਟਾ ਚਲ 1500 ਦਾ ਹੋ ਜਾਂਦਾ ਵਿੱਚ ਜਨਾਬ। ਅੱਛਾ, ਹਾਂਜੀ, ਚਲੋ ਇਨਸ਼ਾਅੱਲਾ ਸੇਲ ਹੋਈ ਇਹਦੀ ਆ। ਫੋਨ ਨੰਬਰ ਤਾਂ ਤੁਹਾਡੇ ਕੋਲ ਨਹੀਂ ਹੈ, ਤੇ ਤੁਹਾਡਾ ਐਡਰੈਸ ਹੀ ਦੇ ਦਾਂਗੇ। ਤੇ ਇੱਥੇ ਇੱਕ ਤੁਹਾਡੀ ਬੱਕਰੀ ਨਜ਼ਰ ਆਉਂਦੀ ਸੀ ਵੀ ਉਹਦਾ ਇੱਕ ਥਣ ਛੋਟਾ ਤੇ ਇੱਕ ਵੱਡਾ, ਉਹਦੀ ਕੀ ਵਜ੍ਹਾ ਬਣੀ ਹੈ? ਉਹਦੀ ਵਜ੍ਹਾ ਬਣੀ ਹੈ, ਸਰਦੀਆਂ ਸਨ, ਉਹਨਾਂ ਨੂੰ ਸੁੱਕੀ ਕਣਕ ਪਾਈ ਸੀ, ਗਰਮ ਜ਼ਿਆਦਾ ਖਾ ਗਈ ਸੀ, ਉਹਦੀ ਵਜ੍ਹਾ ਵਾਸਤੇ ਸਨ ਛੋਟਾ ਕਰ ਗਈ ਸੀ, ਉਹ ਸਾੜੂ ਕਰ ਗਈ ਸੀ ਅਸੀਂ। ਅੱਛਾ, ਹੁਣ ਉਹ ਸੂਨ ਵਾਲੀ ਗੱਭਣ ਹੋਈ ਜੀ, ਤਿਆਰ ਹੋਈ ਜੀ, ਸੂਨ ਤੇ 10-20 ਦਿਨ ਰਹਿੰਦੇ ਹੁੰਦੇ, ਉਹਨੂੰ ਦੇਸੀ ਘਿਓ ਸ਼ੋ ਦਿੱਤਾ ਜਾਏਗਾ, ਨਾਲ ਟੀਕਾ 22% ਦਾ ਲੱਗੇ ਦਾ ਉਹਨੂੰ, ਫਿਰ ਉਹ ਥਣ ਪੂਰਾ ਘਰ ਆਏ ਜਨਾਬ। ਚਲੋ ਅੱਲਾ ਕਰੇ। ਹਾਂਜੀ, ਯਾਨੀ ਕਿ ਅਗਰ ਸਾੜੂ ਦਾ ਮਸਲਾ ਹੋਈਏ ਤੇ ਇਹਦਾ ਇਲਾਜ ਹੈ ਵੇ? ਹਾਂਜੀ। ਤੇ ਸਰ, ਇੱਕ ਜਾਨਵਰ ਨੂੰ ਫਿਰ ਕਿੰਨੀ ਕੁ ਕਣਕ ਖਿਲਾਈਏ ਤੇ ਉਹ ਨੁਕਸਾਨਦੇਹ ਨਹੀਂ ਹੁੰਦੀ? ਉਹ ਸਿਰਫ ਪਾਕ ਸਾਰੀ ਕਣਕ ਜਿਹੜੀ ਹੈ ਨਾ ਸਰਦੀ ਦੇ ਵਿੱਚ ਖਵਾਲਣੀ ਚਾਹੀਦੀ ਹੈ। ਜੇ ਮੌਸਮ ਠੀਕ ਹੋਏ ਤਾਂ ਫਿਰ ਉਹਨੂੰ ਕਣਕ ਨੂੰ ਭਿਓ ਦਿੱਤਾ ਜਾਏ ਸੁਬਹਾ, ਤੇ 5-6 ਘੰਟੇ ਭਿੱਜੀ ਰਹੇ, ਉਸ ਤੋਂ ਬਾਅਦ ਉਹ ਪਾਣੀ ਛਣੀ 'ਚ ਕੱਢ ਕੇ ਧੋ ਧਾ ਕੇ ਉਹਨੂੰ ਬੋਰੀ 'ਤੇ ਖਿਲਾਰ ਦੇਣੀ ਚਾਹੀਦੀ ਹੈ। ਉਹ ਫਿਰ 1.5 ਘੰਟੇ ਦੇ ਵਿੱਚ ਅਠਰ ਜਾਂਦੀ ਹੈ, ਫਿਰ ਉਹ ਜਿੰਨੀ ਮਰਜ਼ੀ ਪਾਓ ਉਹਦੇ ਨਾਲ ਨੁਕਸਾਨ ਕੋਈ ਨਹੀਂ ਹੁੰਦਾ ਫਿਰ। ਅੱਛਾ, ਹਾਂਜੀ। ਇਹ ਕਿਹੜੇ ਮੌਸਮ 'ਚ? ਗਰਮੀਆਂ 'ਚ ਨਹੀਂ ਕਰਨਾ? ਗਰਮੀਆਂ 'ਚ ਨਹੀਂ ਕਰੀਦਾ ਜੀ। ਅਤੇ ਸਰਦੀਆਂ 'ਚ ਸੁੱਕੀ? ਸਰਦੀਆਂ ਸੁੱਕੀ ਭਾਈ ਜੀ ਥੋੜ੍ਹੀ ਸਾਰੀ। ਅੱਛਾ, ਗੁੜ ਵਗੈਰਾ ਨਾਲ ਦੇਈਦਾ ਵੇ। ਮਾਸ਼ਾਅੱਲਾ ਸਰ, ਦਿਲ ਖੁਸ਼ ਕੀਤਾ, ਤੁਸੀਂ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ। ਕੋਈ ਐਸੀ ਅਹਿਮ ਗੱਲ ਜਿਹੜੀ ਰਹਿ ਗਈ ਹੋਵੇ ਮੈਂ ਨਹੀਂ ਪੁੱਛੀ, ਤੁਸੀਂ ਸਮਝਦੇ ਹੋ ਕਿ ਦੱਸਣੀ ਚਾਹੀਦੀ ਹੈ? ਮੈਂ ਤੁਹਾਨੂੰ ਸਾਰੀਆਂ ਗੱਲਾਂ ਸਹੀ ਦੱਸ ਛੱਡੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ ਜਾਨਵਰ ਦੇ ਮੁਤਲਕ। ਅੱਛਾ, ਹਾਂਜੀ, ਠੀਕ ਹੈ। ਤੇ ਜਿਹੜੇ ਦੋਸਤ ਬੱਕਰੀਆਂ ਪਾਲ ਕੇ ਪੈਸੇ ਕਮਾਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਕੋਈ ਅੱਛਾ ਜਿਹਾ ਮਸ਼ਵਰਾ? ਉਹਨਾਂ ਵਾਸਤੇ ਅੱਛਾ ਮਸ਼ਵਰਾ ਉਹ ਖੁਦ ਹੀ ਜਾਣਦੇ ਨੇ, ਇਸ ਲਈ ਉਹਨਾਂ ਆਪਣੇ
ਪ੍ਰਾਪਰਟੀ ਦੇ ਹਿਸਾਬ ਨਾਲ ਕੰਮ ਕਰਨਾ ਵੇ ਜਾਂ ਜ਼ਮੀਨ ਢੇਰੀ ਦੇ ਹਿਸਾਬ ਮੁਤਾਲਾ ਕਰਨਾ ਹੁੰਦਾ ਸੀ ਇੰਨੀ ਕੁ ਬੀਜ ਲਾਉਣ ਦਾ ਨਾ ਸਾਡਾ ਟਾਈਮ ਇਹਦੇ ਨਾਲ ਗੁਜ਼ਰ ਜਾਏਗਾ ਜਾਂ ਉਹ ਖਰੀਦ ਕੇ ਪਾ ਸਕਣ ਦੁਕਾਨ ਦੇ ਉੱਤੋਂ ਕੰਡੀਸ਼ਨ ਦੇ ਉੱਤੋਂ ਉਹ ਖੁਦ ਜਾਣਦੇ ਨੇ ਅਸੀਂ ਕਿੰਨਾ ਕੁ ਕੰਮ ਸਾਂਭ ਸਕਦੇ ਹਾਂ ਕਰ ਸਕਦੇ ਹਾਂ ਇਹ ਚੱਕਰ ਹੁੰਦਾ ਵੇ ਵੈਸੇ ਅਗਰ ਮਿਹਨਤ ਕਰਨ ਤਾਂ ਬੱਚਤ ਹੋਏਗੀ ਕਿ ਨਹੀਂ ਬਿਲਕੁਲ ਬੱਚਤ ਹੋਏਗੀ ਉਹਨਾਂ ਨੂੰ ਜਨਾਬ ਅਤੇ ਅਗਰ ਇਹ ਮੁਆਵਜ਼ਨਾ ਕੀਤਾ ਜਾਏ ਮੱਝਾਂ ਅਤੇ ਗਾਵਾਂ ਦੇ ਕਾਰੋਬਾਰ ਨਾਲ ਬੱਕਰੀਆਂ ਦੇ ਕਾਰੋਬਾਰ ਦਾ ਹਾਂਜੀ ਅਤੇ ਤੁਸੀਂ ਕੀ ਕਹੋ ਉਹ ਕੰਮ ਬਿਹਤਰ ਹੀ ਆ ਬਿਹਤਰ ਉਹ ਜਨਾਬ ਦੁੱਧ ਦੇ ਬਾਰੇ 'ਚ ਬਿਹਤਰ ਹੋ ਅਤੇ ਬਕਾਇਆ ਇਹ ਸੇਲ ਜੇ ਕਰਨੀ ਹੋਏ ਜੇ ਠਰਕ ਕਰਨਾ ਹੋਏ ਤਾਂ ਉਹਦੇ ਨਾਲ ਹੋਇਆ ਬਿਹਤਰ ਹੈ ਫਿਰ ਇਹ ਸਾਲ ਬਾਅਦ ਜਾਨਵਰ ਤੁਸੀਂ ਰੱਖ ਕੇ ਵਿੱਚ ਹੀ ਜਵਾਨ ਕਰ ਸਕਦੇ ਹੋ ਉਹ ਇੱਦਾਂ ਇੱਦਾਂ ਸੇਲ ਕਰ ਸਕਦੇ ਹੋ ਉਹਦੇ ਨਾਲ ਉਸ ਤੁਹਾਨੂੰ ਦੁੱਧ ਦਾ ਫਾਇਦਾ ਹੋਣਾ ਵੇ ਇਹਦੇ ਤੁਹਾਨੂੰ ਬੱਚਿਆਂ ਦਾ ਫਾਇਦਾ ਹੋਣਾ ਵੇ ਇਹ ਚੱਕਰ ਹੁੰਦਾ ਜਨਾਬ ਜੀ ਸਰ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਬੜੀ ਅੱਛੀ ਗੁਫਤਗੂ ਕੀਤੀ ਹੈ ਕੋਈ ਗੱਲ ਨਹੀਂ ਜਨਾਬ ਤਾਬੇਦਾਰ ਅੱਲਾ ਹਾਫਿਜ਼